ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਮੁੱਖ ਮਹਿਮਾਨ ਬਾਰੇ ਦੋ ਲਾਈਨਾਂ ਪਹਿਲਾਂ ਮੈਂ ਅਰਜ਼ ਕਰਾਂਗੀ। ਮੰਚ ਰੌਸ਼ਨ ਹੁਆ, ਮੰਚ ਰੌਸ਼ਨ ਹੁਆ, ਜਗਮਗਾਹਟ ਮਿਲੀ, ਹਰਸ਼ ਆਨੰਦ ਕੀ ਖਿਲਖਿਲਾਹਟ ਮਿਲੀ, ਆਜ ਆਪਕੇ ਆਗਮਨ ਸੇ ਜਹਾਂ ਹਰ ਕਿਸੇ ਕੋ ਮੁਸਕਰਾਹਟ ਮਿਲੀ। ਨਾਲੇ ਮੈਂ ਇੰਟਰਨ ਮੈਂ ਡਾਕਟਰ ਸੁਖਮ ਕੌਰ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਏ ਹੋਏ ਹਨ। ਸ਼੍ਰੀ ਤੇਜਵਿੰਦਰ ਪਾਂਡ ਜੀ, ਸ਼੍ਰੀ ਪ੍ਰੇਮ ਬਜਾਜ ਜੀ, ਸ਼੍ਰੀ ਸੁਰਿੰਦਰ ਭੂਮਰਾ ਜੀ, ਸਕੂਲ ਪ੍ਰਿੰਸੀਪਲ ਮੈਮ ਅੰਜੂ ਅਰੋੜਾ ਜੀ ਅਤੇ ਮੀਡੀਆ ਤੋਂ ਆਏ ਹੋਏ ਸਾਡੇ ਦਰਮਿਆਨ ਸ਼੍ਰੀ ਸਤੀਸ਼ ਜੀ, ਸ਼੍ਰੀ ਜੋਨੀ ਭਾਟੀਆ ਜੀ, ਸ਼੍ਰੀ ਅਸ਼ੋਕ ਕੁਮਾਰ ਜੀ ਲਾਈਵ ਨਿਊਜ਼ ਚੈਨਲ ਸਾਡੇ ਦਰਮਿਆਨ ਪਹੁੰਚੇ ਹਨ। ਮੈਂ ਉਹਨਾਂ ਦਾ ਕਾਲਜ ਆਉਣ ਤੇ ਜੀਵਨ ਤੋਂ ਹੀ ਮਾਨਸਿਕ ਤੌਰ ਤੇ ਵਿਦਿਆਰਥੀਆਂ ਨੂੰ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਹਨ, ਇਸ ਲਈ ਵਿਦਿਆਰਥੀਆਂ ਨੂੰ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ। ਔਰ ਥਰਡ ਹੈ ਪਲੱਸ ਟੂ ਦੀ ਵਿਦਿਆਰਥਣ ਗੁਰਪ੍ਰੀਤ ਕੌਰ। ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਸਾਨੂੰ ਮੈਡਲ ਔਰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋ। ਇਸ ਦੇ ਨਾਲ ਹੀ ਲੌਂਗ ਜੰਪ ਦੇ ਵਿਨਰ ਜਿਹੜੇ ਹੈ ਵਿਦਿਆਰਥੀ ਬੀ ਏ ਫਸਟ ਈਅਰ ਮਨਪ੍ਰੀਤ ਕੌਰ, ਫਸਟ ਸੈਕਿੰਡ ਹੈ ਮਨੀਸ਼ਾ ਸ਼ਰਮਾ ਬੀ ਏ ਸੈਕਿੰਡ ਈਅਰ, 100 ਮੀਟਰ ਅੰਮ੍ਰਿਤ ਕੌਰ ਪਲੱਸ ਵਨ ਥਰਡ। ਉਹਦੇ ਵਿੱਚ ਸੈਕਿੰਡ ਹੈ ਔਰ ਦੀਕਸ਼ਾ ਥਰਡ ਈਅਰ ਥਰਡ। ਫੰਕਸ਼ਨ ਦੀ ਕਵਰੇਜ ਕੀਤੀ ਹੈ, ਉਹਨਾਂ ਨੂੰ ਸਨਮਾਨਿਤ ਕਰਨਗੇ ਸ਼੍ਰੀ ਅਸ਼ੋਕ ਕੁਮਾਰ ਜੀ, ਪ੍ਰਿੰਸੀਪਲ ਮੈਮ ਔਰ ਕਮੇਟੀ ਮੈਂਬਰਸ।
ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਜਿਨ੍ਹਾਂ ਨੇ ਸਵੇਰ ਤੋਂ ਹੀ ਸਾਡੇ ਪੂਰੇ ਪ੍ਰੋਗਰਾਮ ਨੂੰ ਲਾਈਵ ਕਵਰ ਕੀਤਾ ਹੈ। ਮੇਰੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਪੰਚ ਸਰਪੰਚ ਸਾਹਿਬਾਨ ਅਤੇ ਮੇਰੇ ਆਪਣੇ ਇਸ ਕਾਲਜ ਦੇ ਬਹੁਤ ਹੀ ਮਿਹਨਤੀ ਅਤੇ ਪਿਆਰੇ ਬੱਚੇ। ਵੈਸੇ ਤਾਂ ਜਦੋਂ ਪ੍ਰਿੰਸ ਸਾਹਿਬ ਬੋਲ ਲੈਣ ਨਾ ਫਿਰ ਵੈਸੇ ਚੰਗਾ ਨਹੀਂ ਲੱਗਦਾ ਦੂਜਿਆਂ ਨੂੰ। ਮੈਂ ਤਾਂ ਕਿਹਾ ਸੀ ਪ੍ਰੀਤ ਨਾਲ ਵੀ ਸਭ ਸੁਣ ਗਿਆ ਹੋਊਗਾ ਪਰ ਤੁਹਾਡਾ ਜਿਹੜਾ ਸਪੋਰਟਸ ਮੀਟ ਹੈ ਨਾ, ਮੈਂ ਇੱਕ ਵਾਰ ਇੱਥੇ ਫੈਸਟੀਵਲ 'ਤੇ ਆਇਆ ਸੀ, ਯੂਥ ਫੈਸਟੀਵਲ 'ਤੇ ਪਹਿਲਾਂ, ਉਦੋਂ ਮੈਂ ਬੋਗੇ ਮੇਰੀ ਪੋਸਟਿੰਗ ਹੋ ਗਈ ਸੀ। ਜਦੋਂ ਮੈਂ ਯੂਥ ਫੈਸਟੀਵਲ ਦੇਖਿਆ ਮੈਂ ਸਮਝਦਾ ਸੀ ਕਿ ਟਾਈਮ ਟੂਮ ਦੀ ਬਹੁਤ ਪ੍ਰੋਬਲਮ ਆਉਣੀ ਹੈ, ਜਾ ਨਹੀਂ ਹੋਣਾ, ਪਰ ਜਦੋਂ ਮੈਂ ਇੱਥੇ ਆਪਣੇ ਪਿੰਡ ਦੇ ਵਿੱਚ ਯੂਥ ਫੈਸਟੀਵਲ ਹੁੰਦਾ ਦੇਖਿਆ, ਮੇਰੀ ਮਦਰ ਵੀ ਮੇਰੇ ਨਾਲ ਸੀ, ਸਾਰੇ ਪਰਿਵਾਰ ਨਾਲ ਸੀਗਾ, ਅਤੇ ਮੈਂ ਉਹਨਾਂ ਨੂੰ ਉਦੋਂ ਕਿਹਾ ਸੀ ਕਿ ਮੈਂ ਯੂਥ ਫੈਸਟੀਵਲ ਜਦੋਂ ਕਾਲਜ ਦੇ ਵਿੱਚ ਪੜ੍ਹਨ ਲੱਗਿਆ ਰੋਪੜ ਜਾ ਕੇ ਤਾਂ ਯੂਨੀਵਰਸਿਟੀ ਵਿੱਚ ਜਾ ਕੇ ਪਹਿਲੀ ਵਾਰ ਯੂਥ ਫੈਸਟੀਵਲ ਦੇਖਣ ਦਾ ਮੌਕਾ ਮਿਲਿਆ ਸੀ। ਪਰ ਆਪਣੇ ਕਾਲਜ ਦੇ ਵਿੱਚ ਇੰਟਰ ਯੂਥ ਫੈਸਟੀਵਲ ਦੇਖ ਕੇ ਇੰਨਾ ਮਾਣ ਮਹਿਸੂਸ ਹੋਇਆ ਸੀ ਕਿ ਉਹ ਅੱਜ ਤੱਕ ਉਹ ਗੱਲ ਨਹੀਂ ਭੁੱਲਦੀ ਦਿਮਾਗ ਦੇ ਵਿੱਚ।